ਅਸਲਾਮ ਵਾਲੇਕੁਮ ਰਹਿਮਤੁਲਾਹ ਬਰਕਤ ਜੀ, ਹੋਰ ਕੀ ਹਾਲ ਚਾਲ? ਠੀਕ ਹੋ? ਖੈਰੀਏ ਅਤੇ ਤੁਸੀਂ ਦੱਸੇ ਤਾਂ ਠੀਕ ਨੇ ਅਤੇ ਅਸੀਂ ਅੱਜ ਆਏ ਹਾਂ ਇੱਥੇ ਕਿਸੀ ਢਾਬੇ ਤੋਂ ਰੋਟੀ ਖਾਣ ਵਾਸਤੇ ਅਤੇ ਸੋਚਿਆ ਕਿ ਉਹਦੇ ਨਾਲ ਯਾਸਰ ਭਾਈ ਨੂੰ ਭੁੱਖ ਬੜੀ ਲੱਗੀ ਹੋਈ ਸੀ ਅਤੇ ਯਾਸਰ ਭਾਈ ਕਹਿੰਦੇ ਚਲੋ ਹੋਟਲ 'ਤੇ ਖਾ ਜਾਂਦੀ ਸੀ ਬਹੁਤ ਬੜੀ ਰੋਟੀ। ਅਤੇ ਇਹ ਦੇਖ ਲਓ ਯਾਸਰ ਭਾਈ ਵੀ ਬੈਠੇ ਨੇ ਅਤੇ ਇਹ ਭਾਈ ਨੂੰ ਸੁੱਤੇ ਪਏ ਨੇ ਅਤੇ ਇਹ ਇੱਧਰ ਨਹਿਰ ਦਾ ਮਾਹੌਲ ਅਤੇ ਇਹ ਚੀਜ਼ ਦਾ ਸਾਹਮਣੇ ਹੋਟਲ ਹੈ ਅਤੇ ਇਹ ਇੱਥੇ ਤੰਦੂਰ ਹੈ ਅਤੇ ਇਹ ਲੱਗ ਤੰਦੂਰ ਭਾਈ ਰੋਟੀ ਲਾਉਣ ਲੱਗਾ ਹੋਇਆ ਅਤੇ ਇਹ ਲੱਗ ਸਾਰਾ ਜਿਹੜਾ ਹੈਗਾ ਦੇਸੀ ਮਾਹੌਲ ਦੇ ਵਿੱਚ ਸਾਰਾ। ਦੇਖੋ ਬੈਕ ਸਾਈਡ ਤੁਸੀਂ ਚੈੱਕ ਕਰ ਸਕਦੇ ਹੋ ਅਤੇ ਹੁਣ ਇੱਥੇ ਖਾਣਾ ਆਉਂਦਾ ਨਾ, ਖਾਣਾ ਚੈੱਕ ਕਰਨ ਦਾ ਮਾਹੌਲ ਸ਼ੋਲ ਬਾਕੀ ਤੁਸੀਂ ਚੈੱਕ ਕਰ ਲਿਆ ਬੜਾ ਬੇਹਤਰੀਨ ਮਾਹੌਲ ਆ ਗਿਆ ਅਤੇ ਖਾਣਾ ਵੀ ਬੜਾ ਅੱਛਾ ਅਤੇ ਖਾਣਾ ਆਉਂਦਾ ਤਾਂ ਚੈੱਕ ਕਰ ਲਿਆ ਖਿੜਕੀ ਨਾਲ ਤੁਸੀਂ ਖਾਣਾ ਵੀ ਫਿਰ ਖਾਣਾ ਸਾਡਾ ਆ ਗਿਆ ਵਾ। ਮੁਰਗੇ ਦਾ ਸਾਲਣਾ ਅਤੇ ਕਹਿੰਦੇ ਦਾਲ ਛਾਲ ਹੈ ਨਹੀਂ ਅਤੇ ਨਾਲੇ ਆਈ ਸਬਜ਼ੀ ਵੀ ਹੈ ਨਹੀਂ ਅਤੇ ਯਾਸਰ ਭਾਈ ਕਹਿੰਦੇ ਆਏ ਤਾਂ ਆਪਾਂ ਦਾਲ ਛਾਲ ਖਾਣ ਸੀ ਅਤੇ ਦੇਸੀ ਮਾਹੌਲ ਦੇ ਵਿੱਚ ਅਤੇ ਫਿਰ ਮੁਰਗਾ ਲੱਭ ਗਿਆ। ਮੈਂ ਕਿਹਾ ਚਲੋ ਪੜੋ ਬਿਸਮਿਲ੍ਲਾ, ਤੁਹਾਨੂੰ ਪੇਟ ਪੂਜਾ ਤਾਂ ਕਰਨੀ ਹੈ ਨਾ, ਪਹਿਲੇ ਪੇਟ ਪੂਜਾ ਫਿਰ ਕੰਮ ਦੂਜਾ। ਅਤੇ ਇਹ ਜਿਹੜਾ ਹੈਗਾ ਸਾਡਾ ਖਾਣਾ ਆ ਗਿਆ ਵਾ, ਮੁਰਗੇ ਦਾ ਸਾਲਣਾ ਅਤੇ ਨਾਲ ਰੋਟੀਆਂ ਵਾ ਅਤੇ ਇਹ ਬਿਲਕੁਲ ਹੀ ਮੁਨਾਸਿਬ ਰੇਟ ਹੋਣਾ ਇਹਦਾ ਭਾਈ ਜਾਨ। ਇਹ ਜਦੋਂ ਇਹਦਾ ਬਿੱਲ ਬਣਦਾ ਫਿਰ ਨਾ ਤੁਹਾਨੂੰ ਦੱਸਦੇ ਹੈਗੇ ਅਤੇ ਬਿਲਕੁਲ ਮੁਨਾਸਿਬ ਰੇਟ ਇਹਦਾ ਹੈ ਅਤੇ ਤੁਸੀਂ ਆਪ ਦੇਖ ਕੇ ਹੈਰਾਨ ਰਹਿਣਾ ਕਿ ਕਿੰਨਾ ਮੁਨਾਸਿਬ ਇਹਦਾ ਰੇਟ ਬਣਿਆ। ਮੈਂ ਜੀ ਫਿਰ ਖਾਣਾ ਖਾਣਾ ਖਾ ਲਿਆ ਵਾ ਅਤੇ ਇਹ ਦੇਖੋ ਮੀਆਂ ਸਾਹਿਬ ਨੇ ਨਾ ਸਫਾਈ ਕਰਤੀ ਬਿਲਕੁਲ ਹੀ ਸਾਲਣ ਦੀ ਅਤੇ ਰੋਟੀਆਂ ਦੀ ਵੀ। ਰੋਟੀਆਂ ਵੀ ਮੇਰੇ ਖਿਆਲ 8-9 ਖਾਧੀਆਂ ਨੇ, ਅਸੀਂ ਭੁੱਖੇ ਸੀਗੇ ਬੜੇ ਦੋਨੇ ਜਾਣੇ ਅਤੇ ਸਾਲਣ ਵੀ 2 ਵਾਰੀ ਲਿਆ ਮੁਰਗਾ ਤੁਹਾਡੇ ਸਾਹਮਣੇ ਸੀ ਛੋਟੀ ਛੋਟੀ ਜਿਹੜੀ ਸੀ। ਅਤੇ ਇੱਥੇ ਕਿਉਂਕਿ ਸਲਾਦ ਰਾਇਤੇ ਵਾਲਾ ਤਾਂ ਸਿਸਟਮ ਹੁੰਦਾ ਨਹੀਂ ਹੈਗਾ ਕਿਉਂਕਿ ਗਰੀਬ ਨਿਵਾਸ ਹੋਟਲ ਹੈ ਅਤੇ ਸਸਤਾ ਕੰਮ ਹੁੰਦਾ ਅਤੇ ਆਹ ਪਾਣੀ ਵਾਲਾ ਗਲਾਸ ਆ ਅਤੇ ਇਹ ਜਿਹੜਾ ਹੈਗਾ ਕੂਲਰ। ਅਤੇ ਯਾਸਰ ਭਾਈ ਬਿੱਲ ਕਿੰਨਾ ਬਣ ਦੇਖਿਆ ਤੁਸੀਂ? ਸਿਰਫ 200 ਰੁਪਏ। ਪੱਕੀ ਗੱਲ ਆ? ਇਹ ਮਾਨੀ ਕੁਰਾਨੀ ਗੱਲ ਆ, ਝੂਠ ਤਾਂ ਨਹੀਂ? ਇਹ ਚਾਹ ਤੁਸੀਂ ਸੁਣ ਲਿਆ ਹੈਗਾ ਕਿ ਦੇਖੋ ਰੋਟੀ ਖਾਧੀ ਗੋਸ਼ਤ ਨਾਲ ਦੋਵਾਂ ਬੰਦਿਆਂ ਨੇ ਰੱਖ ਕੇ ਅਤੇ ਸਿਰਫ 200 ਰੁਪਇਆ। ਅਗਰ ਇੱਦਾਂ ਦਾ ਕਿਤੇ ਹੋਰ ਹੋਟਲ ਹੈਗਾ ਸਫ਼ਰ ਸਾਨੂੰ ਵੀ ਦੱਸਿਆ ਸੀ ਫਿਰ ਆਉਣਾ ਉੱਥੇ। ਇਹ ਸਾਡੇ ਤੋਰੀ ਅੱਡੇ ਤਾਂ ਵਹਿਦ ਹੋਟਲ ਹੈਗਾ 200 ਰੁਪਏ ਦੇ ਵਿੱਚ ਮੁਰਗੇ ਨਾਲ ਰੋਟੀ ਖਿਲਾਤੀ ਆ ਦੋਵਾਂ ਬੰਦਿਆਂ ਨੂੰ ਅਤੇ ਅੱਜ ਕੱਲ੍ਹ ਤਾਂ ਸਬਜ਼ੀ ਨਾਲ ਵੀ ਖਾਓ ਤਾਂ ਉਹ 500-600 ਰੁਪਏ ਲੈ ਲੈਂਦੇ ਆ। ਅਗਰ ਚੰਗੇ ਹੋਟਲ ਦਾ ਉਹ ਤਾਂ ਦਾਲ ਮਾਛ ਨਾਲ ਵੀ ਉਹ 12-13 ਰੁਪਏ ਲੈ ਲੈਂਦੇ ਆ। ਇਹ ਹੋਟਲ ਬਣਿਆ ਹੀ ਗਰੀਬਾਂ ਵਾਸਤੇ ਹੈ ਕਿ ਜਿਹੜੇ ਕਿ ਆ ਕੇ ਪੇਟ ਭਰ ਕੇ ਆਪਣਾ ਰੋਟੀ ਖਾ ਸਕਣ ਅਤੇ 200 ਰੁਪਏ ਨਾਲ ਮੁਰਗੇ ਦੇ ਗੋਸ਼ਤ ਨਾਲ ਵਿੱਚ 4-5 ਬੋਟੀਆਂ 2 ਵਾਰੀ ਸਾਲਣ ਲਿਆ ਰੋਟੀ ਰਾਤੀ ਖਾਧੀ ਦੋਵਾਂ ਬੰਦਿਆਂ ਨੇ ਅਤੇ ਰੁਪਈਆ ਸਿਰਫ 200 ਰੁਪਇਆ। ਅਤੇ ਜਿਹੜੇ ਵੀ ਭਰਾ ਜਿਹੜੇ ਹੈਗੇ ਨੇ ਦੂਰ ਦੇ ਜਾਂ ਨੇੜੇ ਦੇ ਜਿਹੜੇ ਰੋਟੀ ਨਹੀਂ ਖਾ ਸਕਦੇ ਰਾਜ ਕੇ ਮਹਿੰਗਾਈ ਬੜੀ ਆ ਅਤੇ ਗੋਸ਼ਤ ਨਾਲ ਨਹੀਂ ਖਾ ਸਕਦੇ ਦਾਲ ਸਬਜ਼ੀ ਨਾਲ ਖਾਂਦੇ ਦੇਖ ਕੇ ਆ ਕੇ ਗੋਸ਼ਤ ਨਾਲ 2 ਜਣੇ ਹੈਗੇ ਸਮਝ 100 ਰੁਪਇਆ ਪਰ 100 ਰੁਪਏ ਇੱਕ ਬੰਦੇ ਦਾ ਹੋ ਗਿਆ 100 ਰੁਪਇਆ ਪਰ ਹੈਡ ਜਿਹੜਾ ਹੈਗਾ ਖਾਣਾ ਖਾ ਸਕਦਾ ਇੱਥੇ ਮੁਰਗੇ ਦੇ ਸਾਲਣ ਨਾਲ। ਅਤੇ ਭਾਵਾਂ 4 ਵਾਰੀ ਸਾਲਣ ਲਵੇ ਚਾਹੇ ਲਵੇ 5 ਵਾਰੀ, 2 ਰੋਟੀਆਂ ਖਾਵੇ 10 ਖਾਵੇ 100 ਰੁਪਇਆ ਪਰ ਹੈਡ ਹੈ।